ਸਤਿ ਸ਼੍ਰੀ ਅਕਾਲ ਜੀ, ਜਜ਼ਬਾਤੀ ਜ਼ਿੰਦਗੀ ਚੈਨਲ 'ਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਹਾਣੀਆਂ ਤੁਹਾਨੂੰ ਬਹੁਤ ਪਸੰਦ ਆ ਰਹੀਆਂ ਹੋਣਗੀਆਂ। ਲਾਈਕ ਸ਼ੇਅਰ ਕਰਦੇ ਰਹੋ। ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ, ਅੰਬੋ ਤੋਂ ਐਮੀ ਤੱਕ ਦਾ ਸਫ਼ਰ। ਹਰ ਰਾਤ ਮੈਨੂੰ ਸੁਪਨਾ ਆਉਂਦਾ ਜਿਵੇਂ ਮੈਂ ਪਰੀ ਹਾਂ, ਮੈਂ ਆਪਣੇ ਸੁੰਦਰ ਖੰਭਾਂ ਨਾਲ ਉੱਡ ਰਹੀ ਹਾਂ। ਕਦੇ ਸੁੰਦਰ ਮਹਿਲ ਦੀ ਉੱਚੀ ਅਟਾਰੀ 'ਤੇ ਜਾ ਬੈਠਦੀ ਹਾਂ, ਕਦੇ ਬਰਫ਼ ਲੱਦੇ ਪਹਾੜਾਂ 'ਤੇ ਹਫ਼ਦੀ ਹਫ਼ਦੀ ਚੜ੍ਹ ਰਹੀ ਹਾਂ, ਕਦੇ ਸਫੈਦ ਸਾਗਰ ਲਹਿਰਾਂ ਉੱਪਰ ਦੌੜ ਰਹੀ ਹਾਂ, ਅਤੇ ਕਦੇ ਗੋਲ ਪੌੜੀਆਂ ਤੋਂ ਸੋਨੇ ਦੀਆਂ ਝਾਂਜਰਾਂ ਪਾਈ ਮਟਕ ਨਾਲ ਛਮ ਛਮ ਕਰਦੀ ਉੱਤਰ ਰਹੀ ਹਾਂ, ਕਦੇ ਹਰੇ ਭਰੇ ਬਾਗਾਂ 'ਚ ਦਗੜ ਦਗੜ ਕਰਦੀ ਦੌੜ ਰਹੀ ਹਾਂ, ਕਦੇ ਕੱਚੀ ਅੰਬੀਆਂ ਤੋੜ ਤੋੜ, ਕਦੇ ਲਾਲ ਚੈਰੀਆਂ ਚਟਕਾਰੇ ਲੈ ਲੈ ਖਾ ਰਹੀ ਹਾਂ, ਕਦੇ ਉੱਚੀ ਉੱਚੀ ਸੰਗੀਤਮਈ ਆਵਾਜ਼ 'ਚ ਹੱਸਦੀ ਹਾਂ ਤਾਂ ਕਲ ਕਲ ਕਰਦੇ ਝਰਨੇ ਜਿਵੇਂ ਸੰਗੀਤ ਦਿੰਦੇ ਹੋਣ। ਪਰ ਇਹ ਸਭ ਕੁਝ ਅੱਖਾਂ ਬੰਦ ਹੋਣ ਤਾਂ ਆਪਣਾ ਲੱਗਦਾ ਏ, ਅੱਖਾਂ ਖੁੱਲ੍ਹਣ 'ਤੇ ਇਹ ਮੇਰਾ ਸੁਪਨਾ ਬਣ ਜਾਂਦੇ ਨੇ। ਕੁੜੀਆਂ ਤਾਂ ਸੁਪਨੇ ਦੇਖ ਕੇ ਹੀ ਜ਼ਿੰਦਗੀ ਜਿਉਂਦੀਆਂ ਹਨ, ਉਹਨਾਂ ਦੇ ਕਈ ਸੁਪਨਿਆਂ ਨੂੰ ਬੂਰ ਪੈ ਜਾਂਦਾ ਅਤੇ ਕਈ ਸੁਪਨੇ ਮਧੋਲੇ ਜਾਂਦੇ ਨੇ। ਮੇਰਾ ਕਨੇਡਾ ਪਹੁੰਚਣਾ ਵੀ ਮੇਰੇ ਸੁਪਨਿਆਂ ਵਿੱਚੋਂ ਇੱਕ ਸੀ। ਮੈਂ ਅੰਬੋ ਤੋਂ ਐਮੀ ਬਣ ਕੇ ਵਿਦੇਸ਼ੀ ਧਰਤੀ ਨੂੰ ਚੁੰਮਿਆ ਸੀ। ਅੰਬੋ, ਮਾਂ ਕਹਿੰਦੀ ਸੀ ਤੂੰ ਪੇਟ 'ਚੋਂ ਸੈਂ ਤਾਂ ਮੈਂ ਕੱਚੀਆਂ ਅੰਬੀਆਂ ਤੋੜ ਤੋੜ ਕਚਰ ਕਚਰ ਕਰਕੇ ਖਾਂਦੀ ਸਾਂ। ਹਰੀਆਂ ਮਿਰਚਾਂ ਪਾ ਸਬਜ਼ੀਆਂ, ਮੱਕੀ ਦੀ ਰੋਟੀ ਸਾਗ, ਪੇੜਾ ਮੱਖਣ ਪਾ ਅਤੇ ਹੋਰ ਕਿੰਨਾ ਕੁਝ ਖਾ ਲੈਂਦੀ ਸਾਂ। ਤੇਰੀ ਦਾਦੀ ਕਹਿੰਦੀ ਸੀ ਹਰ ਵਕਤ ਕਚਰ ਕਚਰ ਖਾਂਦੀ ਰਹਿੰਦੀ ਹੈ, ਸਾਗ ਖਾ ਕੇ ਕੁੜੀ ਹੀ ਜੰਮੇਗੀ। ਜਦੋਂ ਤੂੰ ਜੰਮੀ ਤਾਂ ਤੇਰੀ ਦਾਦੀ ਬੋਲੀ ਇਸ 'ਚੋਂ ਅੰਬੀਆਂ ਦੀ ਖੁਸ਼ਬੂ ਆਉਂਦੀ ਏ, ਤੂੰ ਤਾਂ ਅੰਬੀ ਹੀ ਜੰਮ ਦਿੱਤੀ ਅਤੇ ਤੇਰਾ ਨਾਮ ਅੰਬੋ ਹੀ ਰੱਖ ਦਿੱਤਾ। ਨਿੱਕੇ ਹੁੰਦਿਆਂ ਤੋਂ ਮੈਂ ਚਿੜੀਆਂ ਵਾਂਗੂ ਫੁਦਕਦੀ ਰਹਿੰਦੀ, ਬਸ ਹਰ ਵਕਤ ਚੀਂ ਚੀਂ ਚੁਰ ਚੁਰ ਕਰਦੀ ਇੱਕ ਥਾਂ ਤੋਂ ਦੂਜੀ ਥਾਂ ਭੱਜਦੀ ਨੱਠਦੀ ਰਹਿੰਦੀ ਸਾਂ। ਵੱਧਦੀ ਉਮਰ ਨਾਲ ਮੇਰੀ ਚਾਲ ਹੋਰ ਵੀ ਤਿੱਖੀ ਹੋ ਗਈ ਸੀ। ਚੁਲਬਲੀ ਕੁੜੀਆਂ ਦਾ ਸ਼ਰਾਰਤੀ ਗੈਂਗ ਬਣਾ ਲਿਆ ਸੀ ਮੈਂ, ਉਸਦੀ ਰਿੰਗ ਲੀਡਰ ਬਣ ਗਈ ਸਾਂ। ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਕਦੇ ਵੀ ਮੈਂ ਸਿੱਧੀ ਨਹੀਂ ਸੀ ਪਹੁੰਚੀ। ਖੇਤ ਖਲਿਆਣ ਬਾਗ ਅਤੇ ਸੂਏ ਟੱਪਦੀ ਘਰ ਪਹੁੰਚਦੀ ਸਾਂ। ਮੌਸਮ ਮੁਤਾਬਕ ਖੇਤਾਂ 'ਚੋਂ ਗਾਜਰ ਮੂਲੀ ਅਤੇ ਗੰਨੇ ਤੋੜਦੀ ਸਾਂ। ਅੰਬਾਂ ਦੇ ਮੌਸਮ ਅੰਬਾਂ ਦਾ ਚੋਰੀ ਕਰਕੇ ਬਹੁਤ ਮਜ਼ਾ ਆਉਂਦਾ। ਅੰਬਾਂ ਦੇ ਦਰਖਤ 'ਤੇ ਚੜ੍ਹ ਤੋਤਿਆਂ ਵਾਂਗੂ ਕੱਚੇ ਅੰਬ ਟੁੱਕ ਟੁੱਕ ਕੇ ਸੁੱਟ ਦਿੰਦੀ ਸਾਂ। ਪੱਕੇ ਅੰਬ ਚੂਪ ਗੁਠਲੀਆਂ ਦੇ ਢੇਰ ਲਾ ਦਿੰਦੀ। ਰਾਖੇ ਡੰਡਾ ਲੈ ਕੇ ਦੌੜਦੇ ਆਉਂਦੇ ਦੇਖ ਮੈਂ ਆਪਣੇ ਗੈਂਗ ਨਾਲ ਰਫੂ ਚੱਕਰ ਹੋ ਜਾਂਦੀ। ਜੋ ਬੁੱਢੀਆਂ ਕੁੜੀਆਂ ਨੂੰ ਬੁਰਾ ਸਮਝਦੀਆਂ ਸਨ ਮੈਂ ਉਹਨਾਂ ਨੂੰ ਤਿੱਖਾ ਬੋਲਦੀ ਸਾਂ। ਘਰ 'ਚ ਇਸ ਲਈ ਮੈਨੂੰ ਦਾਦੀ ਪੱਥਰ ਸਮਝਦੀ ਸੀ, ਇਸ ਲਈ ਮੈਂ ਉਸਦੇ ਨਾਲ ਸਿੱਧੇ ਮੂੰਹ ਨਾਲ ਬੋਲਦੀ, ਨਾ ਹੀ ਉਸ ਦਾ ਕੋਈ ਕੰਮ ਕਰਦੀ। ਕਈ ਵਾਰੀ ਉਹ ਮੈਨੂੰ ਕਹਿੰਦੀ ਕਿ ਤੇਰਾ ਤਾਂ ਜਲਦੀ ਹੀ ਕੰਨਿਆਦਾਨ ਕਰਕੇ ਫਾਹਾ ਵੱਢ ਦੇਣਾ, ਤਾਂ ਮੈਂ ਦਾਦੀ ਨੂੰ ਪਲਟ ਕੇ ਜਵਾਬ ਦਿੰਦੀ ਦਾਦੀ ਮੈਂ ਕੋਈ ਵਸਤ ਨਹੀਂ ਹਾਂ ਜੋ ਮੈਨੂੰ ਦਾਨ ਕਰੋਗੇ। ਮਾਂ ਨੂੰ ਵੀ ਕਹਿੰਦੀ ਸਾਂ ਕਿ ਮਾਂ ਤੂੰ ਤਾਂ ਪੁੱਤਰ ਆਸ 'ਚ ਤਿੰਨ ਧੀਆਂ ਜੰਮ ਦਿੱਤੀਆਂ, ਹੁਣ ਮੈਂ ਪਲੱਸ ਟੂ ਕਰ ਰਹੀ ਸਾਂ ਪਰ ਮੇਰੀਆਂ ਆਦਤਾਂ 'ਚ ਰੱਤਾ ਫਰਕ ਨਹੀਂ ਪਿਆ ਸੀ, ਮੈਂ ਰਾਣੀ ਝਾਂਸੀ ਬਣ ਘੁੰਮਦੀ ਰਹਿੰਦੀ। ਸੂਰਜ ਵਾਂਗੂ ਕੋਈ ਮੇਰੇ ਵੱਲ ਇੱਕ ਟੱਕ ਕਰਕੇ ਨਹੀਂ ਸੀ ਦੇਖ ਸਕਦਾ। ਇੱਕ ਦਿਨ ਕਿੱਕਰ ਦੇ ਬਾਗ 'ਚ ਅਸੀਂ ਅੰਬ ਤੋੜਨ ਲਈ ਦਰੱਖਤਾਂ 'ਤੇ ਚੜ੍ਹ ਗਈਆਂ। ਤਿੱਖੀ ਧੁੱਪ ਨਾਲ ਮੇਰੀਆਂ ਅੱਖਾਂ 'ਚ ਉਂਧਿਆ ਗਈਆਂ। ਅੰਬ ਤੋੜਦਿਆਂ ਟਾਣ ਹੱਥੋਂ ਛੁੱਟ ਗਈ, ਸਿਰ ਦੇ ਬਲ ਮੈਂ ਹੇਠਾਂ ਗਿਰੀ। ਸਾਰੀਆਂ ਕੁੜੀਆਂ ਦੌੜ ਗਈਆਂ। ਕਿੱਕਰ ਦੇ ਬਾਗ 'ਚ ਦਰੱਖਤ ਦੇ ਹੇਠਾਂ ਗਿਰੀ ਅੰਬੋ ਬੇਹੋਸ਼ ਪਈ ਸੀ। ਕਿੱਕਰ ਆਪਣੇ ਬਾਗਾਂ 'ਚ ਨਿੱਕੇ ਜਿਹੇ ਘਰ ਵਿੱਚ ਰਹਿੰਦਾ ਸੀ, ਬਾਹਰ ਬੈਠਾ ਤਾੜੀ ਸੁਲਫਾ ਪੀ ਰਿਹਾ ਸੀ। ਉਸਦਾ ਨਾ ਅੱਗਾ ਸੀ ਨਾ ਪਿੱਛਾ ਸੀ, ਪਿਓ ਅੰਤਾਂ ਦੀ ਜਾਇਦਾਦ ਛੱਡ ਕੇ ਗਿਆ ਸੀ। ਕਿੱਕਰ ਜ਼ਮੀਨ ਦਾ ਇੱਕ ਟੁਕੜਾ ਸ਼ਾਹੂਕੁਰ ਗਿਰਵੀ ਰੱਖ ਪੈਸਾ ਦੋਸਤਾਂ ਨਾਲ ਧੂੰਏ ਅਤੇ ਸ਼ਰਾਬ 'ਚ ਉਡਾ ਦਿੰਦਾ, ਬਸ ਇਹ ਸੀ ਉਸਦੀ ਜ਼ਿੰਦਗੀ ਦਾ ਮਕਸਦ। ਮੁਫ਼ਤ 'ਚ ਸਭ ਕੁਝ ਮਿਲਿਆ ਉਹ ਸਭ ਕੁਝ ਅਗਨੀ ਭੇਂਟ ਕਰ ਦੇਣਾ ਚਾਹੁੰਦਾ ਸੀ। ਕਿੱਕਰ ਕੁੜੀ ਨੂੰ ਧੜੰਮ ਕਰਦਾ ਦੇਖ ਨੇੜੇ ਹੋਇਆ, ਹੈਂ ਅੰਬੋ ਇਹ ਤਾਂ ਬੇਹੋਸ਼ ਆ। ਉਸਨੇ ਸ਼ਰਾਬ ਦੀ ਬੋਤਲ 'ਚੋਂ ਸ਼ਰਾਬ ਬੁੱਕ ਭਰ ਕੇ ਉਸਦੇ ਮੂੰਹ 'ਤੇ ਛਿੱਟੇ ਮਾਰੇ ਪਰ ਉਹ ਹੋਸ਼ 'ਚ ਨਾ ਆਈ, ਤਾਂ ਸੀਰੀ ਨੂੰ ਅੰਬੋ ਦੇ ਘਰ ਭੇਜਿਆ। ਜਦੋਂ ਤੱਕ ਅੰਬੋ ਦੇ ਮਾਂ ਬਾਪ ਆਉਂਦੇ ਤਾਂ ਕਿੱਕਰ ਨੇ ਨਸ਼ੇ ਦੇ ਲੋਰ 'ਚ ਅੰਬੋ ਨੂੰ ਆਪਣੀ ਗੋਦ 'ਚ ਲਟਾ ਲਿਆ। ਉਸਨੂੰ ਜਾਪਿਆ ਜਿਵੇਂ ਉਸਦੀ ਗੋਦ 'ਚ ਚੰਨ ਆਪ ਉੱਤਰ ਆਇਆ। ਉਸਦਾ ਦਿਲ ਦਿਮਾਗ ਰੋਸ਼ਨ ਹੋ ਉੱਠਿਆ, ਉਹ ਉਸਨੂੰ ਫੁੱਲਾਂ ਵਾਂਗੂ ਸੁੰਘਣ ਅਤੇ ਚੁੰਮਣ ਲੱਗਾ। ਮਾਪੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਝਟਕਾ ਲੱਗਾ। ਕੱਚੀ ਕਲੀ ਕਿੱਕਰ ਦੀਆਂ ਬਾਹਾਂ ਵਿੱਚ ਅਧਮਰੀ ਹੋਈ ਪਈ ਸੀ। ਪਿੰਡ 'ਚੋਂ ਕੋਈ ਦੰਦ ਕਥਾ ਬਣੇ, ਮਾਂ ਪਿਓ ਨੇ ਮੇਰਾ ਪੱਲਾ ਕਿੱਕਰ ਨਾਲ ਬੰਨ ਕੇ ਭਾਰ ਹੌਲਾ ਕਰ ਲਿਆ। ਮੇਰੇ ਜੰਮ ਦੇ ਸੁਪਨੇ ਕੁਆਰੇ ਹੀ ਰਹੇ, ਮੈਂ ਕਿੱਕਰ ਦੀ ਹੋ ਕੇ ਰਹਿ ਗਈ। ਕਿੱਕਰ ਨੂੰ ਨਾ ਖਾਣ ਦਾ ਨਾ ਹੀ ਪਹਿਨਣ ਦਾ ਵੱਲ ਸੀ, ਉਹ ਘਰ ਗ੍ਰਹਿਸਤੀ ਦੀ ਗੱਡੀ ਕਿਵੇਂ ਤੋਰ ਸਕਦਾ ਸੀ।
मेरे चुलबुले होने की सज़ा मैनू इस तरह मिलेगी सोचा ही नहीं सी। मैं तो अजे 16-17 वरे की बालड़ी ही सा। माँ ने कच्ची अंबी का बूटा किक्कर दे वेड़े ला दिता। मैं अंबो हुण अंबां दे बागां दी मालक बन गई सां। हर पासे अंब ही अंब नज़र आउंदे पर मैनू हुण अंबां तो नफरत हो गई सी। मैनू अंबां चों किक्कर वांगू शराब दी मुश्क आउंदी। जे मैं हुण भुल भुलेखे अंब चूप लैंदी सां तां मैनू गले चों किक्कर दे रुख दे कंडे उग आउंदे। शायद चोरी किते अंबां दा अपना ही स्वाद हुंदा। किक्कर निरा पुरा फुकर मस्त मौला हर वक्त नशे च रंगिया तुत्त होया मेरे बालपुने नू नोचदा तां मेरियां कुलाहट दियां आवाज़ां दे शोर नाल सुत्ते पंछी भी अपने खंभ फड़फड़ाउण लगदे पर इंसानां तक मेरी कुरलाहट ना पहुँचदी। पर मैं रोंदी कद तक बालड़ी तां मैं सां पर मैं खुद ही हौसला इकट्ठा किया चीकणा चिल्लाउणा बंद किया। माँ बाप मिलन लई आए तां मैं उन्हां नू टुट के पै गई हरख के बोली कुख चों तां मैं बच के गई सां हुण इत्थे तुसीं मैनू मरन लई भेज दिता है जालमो इस तरह करन नालों तां मैनू जहर दे दिंदे वधिया सी हुण इत्थे तमाशा देखण आए हो कि मैं ज्यौंदी हाँ जां मर गई तुसीं जो करना सी कर दिता हुण मैनू अपने हिसाब नाल ज्यौण दो जिंदगी। एक दिन मैं उदास जिही बैठी सां तां स्कूल दी भैण जी अमर कौर मैनू मिलन लई आई। उदों किक्कर भी मेरे कोल ही बैठा सी। भैण जी ने किक्कर नूं समझाया कि अंबो पढ़ाई च बहुत होशियार है भाई इस नूं पढ़न लई भेज दिया कर मापियां ने जो करना कर दिता पर तू जरा इस बच्ची ते तरस खा नाबालग बच्ची का विआह कानूनी अपराध है हुण जो होना सी हो गया बस तू इन्ना भला खट लै कि इहनूं स्कूल भेज दिया कर। किक्कर ने हाँ कर दिती। स्कूल दी भैण जी ने मेरी जिंदगी ही पलट दिती। अमर कौर विधवा सी ते उसका कोई बच्चा नहीं सी। शुरू तो ही मैनू कहिंदी सी कि अंबो तां मेरी बच्ची है इन्ना प्यार तां रब दा कोई दूध ही दे सकदा सी। मैं रज के पढ़ना शुरू किया भावें मैं किक्कर नूं तां ना सुधार सकी वह हर वक्त पींदा ही रहिंदा सी क्योंकि शराब उसके हड्डां विच धस गई सी। हुण उह शराब नूं नहीं सी पींदा बल्कि शराब उस नूं पी रही सी। मैं घर दी वधिया तरीके नाल सैटिंग करके पैसों नूं अपने कंट्रोल च कर लिया। मैं भैन जी के आसरे नाल सफलता दियां पौड़ियां चढ़नियां शुरू कर दित्तियां। सरपंच तो लैके जवाकां तक पिंड दे लोग उन्हां दा आदर करदे सन। प्लस टू मैं पहले दर्जे च कर लई। भैन जी ने मैनू नर्सिंग दा कोर्स ते केयर टेकर पार्लर ते मसाजर दे छोटे मोटे कोर्स नाल ही करन दी सलाह दित्ती ते नाल ही मैं आइलट्स की तैयारी भी शुरू कर दित्ती। भैन जी मेरा परछावां बन के मेरे नाल रहन लग पई। भैन जी ने मैनू अंब कौर तो एमी सिंह का नाम दे दिता सी। सर्टिफिकेटा ते पासपोर्ट च मेरा यही नाम बजन लगा। भैन जी मेरे लिए मसीहा बन के आए सन। उन्होंने मेरा शरीरक अते मानसिक तौर पर विकास किया। इत्थे मैनू किस्मत ने मेरी जिंदगी नू रोकन की कोशिश की ओ एमी कि मैं एक स्वस्थ मुंडे की माँ बन गई पर मापिया नू जदों बच्चे बारे पता लगा वह भी मुंडा तो मैनू हत्थी जावां करन लगे। मेरे कोल छोटी भैन नू बच्चे का ध्यान रखने लई भेज दिता। मैं उड़ना लोचदी सां इसलिए मापिया नाल भी मिठी बन गई सां। इस वक्त मैनू उन्हां दी लोड़ सी इसलिए मैं भैन नू अपने कोल आना वरदान समझिया बच्चे नू मापिया ते उस नू संभाल लिया सी। किक्कर नू तां नशा ते जिसम दी भुख तो सिवा होर किस चीज़ नाल वास्ता ही नहीं सी। मैं फिर जी जान नाल पढ़ाई करनी शुरू कर दिती पर मैं जदों तक नर्सिंग कोर्स करके आइलट्स भी पास कर दी तो उदों तक मैं एक सुंदर बच्ची की माँ बन गई। भैन जी ने मैनू दूजा बच्चा जम्मन तो वर्जित किया सी पर मैं बच्चे नू कुख चों तां मारना नहीं सी चाहती। बेटी नू जन्म देने दे एक महीने के बाद ही नौ बरनौ हो गई सा ते फिर अपने ध्याने लग गई सा। कनेडा जाने लई भैन जी ने नर्सिंग पोस्ट लई अप्लाई कर दिता। एजेंट ने फार्म भर दिता। किक्कर दे पैसे नाल ही जिस ते मेरा पूरा हक सी मैं उडारी मारना चाहती सा उसके दिते नर्क तो मैं दूर भज जाना चाहती सा। आखिर मेरी 4 वरियां दी तपस्या पूर्ण हुई। मेरी फाइल पास हो गई। नर्सिंग लई मैनू वर्क परमिट मिल गया। मैं वीजे लई अप्लाई किया जो कि जल्दी ही मिल गया। भैन जी ने मैनू सलाह दिती कि किक्कर तो तलाक लै लै उत्थे ही अपने पैर पक्के करके अपना अग्गा सवार। पर मेरे बच्चे ये आख मैं भैन जी का मूँह देखन लगी तू उत्थे जाके सैट हो जा फिर अपने बच्चे मंगवा ली। टोरंटो कनेडा जाण तो पहला भैन जी ने सरपंच नू नाल लैके मेरा ते किक्कर दा तलाक करवा दिता
ਤੇ ਕੈਨੇਡਾ ਜਾਣ ਲਈ ਟਿਕਟ ਅਤੇ ਹਰ ਲੋੜੀਂਦੀ ਚੀਜ਼ ਦਾ ਪ੍ਰਬੰਧ ਕਰ ਦਿੱਤਾ। ਕੈਨੇਡਾ ਵੱਲ ਉਡਾਨ ਭਰਨ ਤੋਂ ਪਹਿਲਾਂ ਮੈਂ ਭੈਣ ਜੀ ਦੇ ਗੱਲ ਆ ਕੇ ਖੂਬ ਰੋਈ ਅਤੇ ਬੋਲੀ, ਤੁਸੀਂ ਮੇਰੀ ਜਸ਼ੋਦਾ ਮਾਂ ਹੋ, ਭਾਵੇਂ ਮੈਨੂੰ ਜਨਮ ਨਹੀਂ ਦਿੱਤਾ ਪਰ ਮੇਰੇ ਸਾਹਾਂ ਨੂੰ ਜ਼ਿੰਦਗੀ ਦਿੱਤੀ ਹੈ। ਭੈਣ ਜੀ ਨੇ ਮੈਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਚੱਲੀਏ, ਤੇਰੀ ਮਦਦ ਕਰਨ ਨਾਲ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ, ਮੇਰਾ ਵੀ ਜਨਮ ਸੰਵਰ ਗਿਆ ਮੇਰੀ ਬੱਚੜੀਏ। ਤੂੰ ਪਿੱਛੇ ਫਿਕਰ ਨਾ ਕਰ, ਮੈਂ ਤੇਰੇ ਬੱਚਿਆਂ ਦਾ ਧਿਆਨ ਰੱਖਾਂਗੀ। ਉਹਨਾਂ ਨੇ ਮੈਨੂੰ ਦੋ ਗੁਰਦੁਆਰਿਆਂ ਦਾ ਅਤੇ ਦੂਰੋਂ ਪਾਰੋਂ ਲੱਗਦੇ ਭੈਣ ਜੀਜੇ ਦਾ ਐਡਰੈਸ ਅਤੇ ਫੋਨ ਨੰਬਰ ਦਿੱਤਾ ਅਤੇ ਫੋਨ 'ਤੇ ਗੱਲ ਵੀ ਕਰਵਾ ਦਿੱਤੀ ਅਤੇ ਮੇਰੀ ਜ਼ਿੰਦਗੀ ਦੀ ਪਤੰਗ ਨੇ ਵਿਦੇਸ਼ੀ ਧਰਤੀ ਵੱਲ ਉਡਾਨ ਭਰੀ। ਐਮੀ ਬਣ ਕੇ ਅੰਬੀ ਨਾਲ ਸੰਬੰਧਿਤ ਹਰ ਵਸਤ ਪਿੱਛੇ ਛੱਡ ਕੇ ਮੈਂ ਵਿਦੇਸ਼ ਵੱਲ ਤਾਂ ਚੱਲ ਪਈ ਸਾਂ ਪਰ ਬੱਚਿਆਂ ਦੀ ਖੁਸ਼ਬੂ ਮੇਰੇ ਅੰਦਰ ਰੋਮ ਰੋਮ ਵਿੱਚ ਵਸੀ ਹੋਈ ਸੀ। ਛਾਤੀ ਵਿੱਚ ਨਾੜਾਂ ਨੂੰ ਕੜਵੱਲ ਪੈਂਦੇ ਸਨ। ਇਵੇਂ ਲੱਗਦਾ ਸੀ ਰੋਮੀ ਅਤੇ ਲਿਜ਼ਾ ਮੈਨੂੰ ਲੱਭ ਰਹੇ ਨੇ, ਰੋ ਰਹੇ ਨੇ। ਉਹਨਾਂ ਦੀਆਂ ਆਵਾਜ਼ਾਂ ਨਾਲ ਮੇਰੀਆਂ ਛਾਤੀਆਂ ਵਿੱਚੋਂ ਦੁੱਧ ਸਿੰਮਣ ਲੱਗਾ। ਮੈਂ ਰੋਂਦਿਆਂ ਹੀ ਸਾਰਾ ਸਫ਼ਰ ਪੂਰਾ ਕੀਤਾ। ਮੇਰੀ ਰੂਹ ਨੇ ਵੀ ਕਿੱਕਰ ਤੋਂ ਮਾਫ਼ੀ ਮੰਗੀ ਕਿਉਂਕਿ ਮੈਨੂੰ ਅਪਣਾਉਣ 'ਚ ਉਸਦਾ ਕੋਈ ਕਸੂਰ ਨਹੀਂ ਸੀ। ਮੈਂ ਤਾਂ ਪੱਕੇ ਫਲ ਵਾਂਗੂ ਉਸਦੀ ਝੋਲੀ 'ਚ ਐਸੀ ਗਿਰੀ ਕਿ ਮਾਪਿਆਂ ਨੇ ਮੈਨੂੰ ਉਸ ਨਾਲ ਨਰੜ ਦਿੱਤਾ। ਜੇ ਮੈਂ ਰਿਸ਼ਤੇ ਦਾ ਵਿਰੋਧ ਕੀਤਾ ਤਾਂ ਮੇਰੇ ਪਿਓ ਨੇ ਮੇਰੇ ਪੈਰਾਂ 'ਤੇ ਪੱਗ ਰੱਖ ਕੇ ਬਾਕੀ ਦੋ ਭੈਣਾਂ ਦੇ ਜੀਵਨ ਦਾ ਵਾਸਤਾ ਪਾਇਆ ਕਿ ਮੇਰੀ ਜਮਾਤ ਆਲੂ ਨਾਲ ਚੰਬੜ ਕੇ ਰਹਿ ਗਈ। ਲੰਬੇ ਸਫ਼ਰ ਤੋਂ ਬਾਅਦ ਸੂਰਜ ਦੀ ਨਵੀਂ ਕਿਰਨ ਨਾਲ ਮੈਂ ਨਵੀਂ ਧਰਤੀ ਨੂੰ ਛੋਇਆ। ਡਰ ਦੀ ਸ਼ੀਤ ਲਹਿਰ ਮੇਰੇ ਅੰਦਰ ਤੱਕ ਘਰ ਕਰ ਗਈ। ਜੇ ਮੈਨੂੰ ਟਿਕਾਣਾ ਨਾ ਮਿਲਿਆ ਤਾਂ ਫਿਰ ਕੀ ਹੋਵੇਗਾ? ਪਰ ਭੈਣ ਜੀ ਦੇ ਰਿਸ਼ਤੇਦਾਰ ਮੈਨੂੰ ਪਿਆਰ ਅਤੇ ਗਰਮਜੋਸ਼ੀ ਨਾਲ ਮਿਲੇ ਅਤੇ ਮੈਨੂੰ ਆਪਣੇ ਘਰ ਲੈ ਗਏ। ਮਹੀਨਾ ਕੁ ਮੈਂ ਉਹਨਾਂ ਦੇ ਨਾਲ ਹੀ ਰਹੀ। ਮੈਂ ਡਿਊਟੀ ਵੀ ਜੁਆਇਨ ਕਰ ਲਈ ਸੀ। ਮੈਂ ਸੋਚਦੀ ਸਾਂ ਮੈਨੂੰ ਹੋਰ ਬੋਝ ਨਹੀਂ ਬਣਨਾ ਚਾਹੀਦਾ। ਡਿਊਟੀ ਕਰਨ ਵਕਤ ਇੱਕ ਸਹੇਲੀ ਬਣੀ ਨਰਸ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਭਾਈ ਜੀ ਤੋਂ ਆਪਣੀ ਮਦਦ ਲੈ ਕੇ ਗੁਹਾਰ ਲਗਾਓ। ਬਹੁਤ ਸਾਰੇ ਲੋਕ ਤੁਹਾਡੇ ਲਈ ਲੋੜੀਂਦਾ ਸਮਾਨ ਇਕੱਤਰ ਕਰ ਸਕਦੇ ਹਨ। ਮੈਂ ਇਵੇਂ ਹੀ ਕੀਤਾ। ਜਦੋਂ ਭਾਈ ਗ੍ਰੰਥੀ ਸਾਹਿਬ ਨੇ ਅਨਾਊਂਸ ਕੀਤਾ ਤਾਂ ਸੰਗਤ ਨੇ ਹੁੰਗਾਰਾ ਦਿੱਤਾ। ਸੰਗਤ ਦੇ ਜਾਣ ਤੋਂ ਬਾਅਦ ਮੈਂ ਜਾਣ ਲਈ ਮੁੜੀ ਸੀ ਕਿ ਇੱਕ ਮਾਤਾ ਜੀ ਨੇ ਪਿੱਛੋਂ ਆਵਾਜ਼ ਲਗਾਈ, ਬੀਬਾ ਜੀ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮਾਤਾ ਜੀ ਭਾਈ ਸਾਹਿਬ ਨਾਲ ਮੇਰੇ ਵੱਲ ਆ ਰਹੇ ਸਨ। ਮੇਰੇ ਨਜ਼ਦੀਕ ਆ ਕੇ ਮੇਰਾ ਹਾਲ ਹਵਾਲ ਪੁੱਛਿਆ, ਘਰ ਪਰਿਵਾਰ ਬਾਰੇ ਪੁੱਛਿਆ, ਫਿਰ ਬੋਲੇ, ਪੁੱਤ ਮੇਰੇ ਕੋਲ ਰਹਿ ਲਵੋ, ਮੈਨੂੰ ਵੀ ਤੇਰੇ ਰਹਿਣ ਨਾਲ ਧੀ ਵਰਗ ਆਸਰਾ ਹੋ ਜਾਏਗਾ। ਮੇਰਾ ਵੀ ਕੋਈ ਨਹੀਂ ਜਿਹੜਾ ਸੀ ਉਹ ਪਰਾਏ ਦੇਸ਼ ਜਾ ਵਸਿਆ, ਨਾ ਮੁਰਾਦ ਕੈਂਸਰ ਨੇ ਉਸਨੂੰ ਮਹੀਨਿਆਂ ਦਾ ਮਹਿਮਾਨ ਬਣਾ ਦਿੱਤਾ। ਆ ਧੀਏ, ਦੋਵੇਂ ਰਲ ਮਿਲ ਕੇ ਰਹਾਂਗੇ, ਦੋਵਾਂ ਦਾ ਵਕਤ ਸੋਹਣਾ ਨਿਕਲ ਜਾਏਗਾ। ਭਾਈ ਸਾਹਿਬ ਨੇ ਵੀ ਮੈਨੂੰ ਉਹਨਾਂ ਕੋਲ ਉੱਥੇ ਰਹਿਣ ਦੀ ਸਲਾਹ ਦਿੱਤੀ। ਬੇਟਾ, ਮੈਂ ਇਹਨਾਂ ਨੂੰ ਚਿਰਾਂ ਤੋਂ ਜਾਣਦਾ ਹਾਂ। ਜਵਾਨ ਬੇਟੇ ਦੇ ਜਾਣ ਨਾਲ ਇਹਨਾਂ ਨੂੰ ਡਾਢੀ ਸੱਟ ਲੱਗੀ ਹੈ, ਸਾਰਾ ਦਿਨ ਗੁਰਦੁਆਰੇ ਬੈਠੇ ਰੋਂਦੇ ਰਹਿੰਦੇ ਨੇ। ਬੇਟਾ, ਤੁਹਾਡੇ ਰਹਿਣ ਨਾਲ ਸ਼ਾਇਦ ਇਹਨਾਂ ਦਾ ਮਨ ਵਰਚ ਜਾਏ। ਪਰ ਬੇਟਾ, ਤੁਸੀਂ ਬਾਬੇ ਦੇ ਦਰ 'ਤੇ ਖੜ੍ਹੇ ਹੋ, ਕੋਈ ਅਜਿਹਾ ਕਰਮ ਨਾ ਕਰਨਾ ਜਿਸ ਦੇ ਨਾਲ ਇਹਨਾਂ ਦੇ ਮਨ ਨੂੰ ਠੇਸ ਪਹੁੰਚੇ, ਕਿਉਂਕਿ ਅਸੀਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦੇ। ਬਾਬਾ ਜੀ, ਇਹਨਾਂ ਨੇ ਮੈਨੂੰ ਬੇਟੀ ਬੋਲਿਆ ਅਤੇ ਮੈਂ ਬੇਟੀ ਬਣ ਕੇ ਦਿਖਾਵਾਂਗੀ। ਇਹਨਾਂ ਨਾਲੋਂ ਜ਼ਿਆਦਾ ਮੈਨੂੰ ਇਹਨਾਂ ਦੀ ਲੋੜ ਹੈ। ਬਾਬਾ ਜੀ, ਮੈਂ ਇਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਮੇਰੀ ਮਾਂ ਮੈਨੂੰ ਇੱਥੇ ਵੀ ਮਿਲ ਗਈ। ਦੋਵਾਂ ਨੇ ਮੈਨੂੰ ਅੱਗੇ ਹੋ ਕੇ ਵਾਰੀ ਵਾਰੀ ਗੱਲ ਲਾ ਲਿਆ। ਮੈਂ ਮੋਹ ਮਮਤਾ ਮਿਲਣ 'ਤੇ ਮਾਤਾ ਦਾ ਹੱਥ ਪਕੜ ਕੇ ਜ਼ਾਰੋ ਜ਼ਾਰ ਰੋਣ ਲੱਗ ਗਈ। ਨਹੀਂ ਮਾਂ, ਮੈਂ ਕੋਈ ਧੋਖਾ ਨਹੀਂ ਦੇਵਾਂਗੀ। ਮੈਂ ਤੁਹਾਡੀ ਦੋਵਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਆਸਰਾ ਦੇ ਰਹੇ ਹੋ। ਮੈਂ ਭਾਈ ਜੀ, ਫਿਰ ਮੈਂ ਭੈਣ ਜੀ ਦੇ ਰਿਸ਼ਤੇਦਾਰਾਂ ਤੋਂ ਇਜਾਜ਼ਤ ਲਈ ਅਤੇ ਮਾਤਾ ਜੀ ਕੋਲ ਆ ਗਈ। ਮੇਰਾ ਅਤੇ ਮਾਤਾ ਜੀ ਦਾ ਬਹੁਤ ਸੋਹਣਾ ਸਮਾਂ ਬਤੀਤ ਹੋਣ ਲੱਗਾ, ਪਰ ਮੈਨੂੰ ਆਪਣੇ ਬੱਚੇ ਬਹੁਤ ਯਾਦ ਆਉਂਦੇ। ਮਾਤਾ ਜੀ ਵੀ ਮੈਨੂੰ ਅਕਸਰ ਕਹਿੰਦੇ, ਆਪਣੇ ਬੱਚਿਆਂ ਨੂੰ ਇੱਥੇ ਲਿਆਉਣ ਲਈ ਵਕੀਲ ਨਾਲ ਸਲਾਹ ਕਰਕੇ ਕਾਗਜ਼ ਪੇਸ਼ ਕਰ। ਮੈਂ ਉਹਨਾਂ ਦੀ ਸਲਾਹ ਮੰਨ ਕੇ ਵਕੀਲ ਕੋਲ ਗਈ ਅਤੇ ਬੱਚਿਆਂ ਨੂੰ ਆਪਣੇ ਕੋਲ ਲਿਆਉਣ ਲਈ ਫਾਈਲ ਸਬਮਿਟ ਕਰ ਦਿੱਤੀ। ਭੈਣ ਜੀ ਨਾਲ ਮੇਰੀ ਅਕਸਰ 2-4 ਦਿਨਾਂ ਬਾਅਦ ਗੱਲਬਾਤ ਹੁੰਦੀ। ਉਹਨਾਂ ਨੇ ਮੈਨੂੰ ਪਹਿਲਾਂ ਕੁਝ ਨਹੀਂ ਦੱਸਿਆ, ਬਸ ਇੰਨਾ ਹੀ ਕਹਿੰਦੇ ਕਿ ਇੱਥੇ ਸਭ ਕੁਝ ਠੀਕ ਹੈ। ਪਰ ਫਿਰ ਮੈਂ ਜਦੋਂ ਉਹਨਾਂ ਨੂੰ ਬੱਚੇ ਮੰਗਵਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੇ ਮਾਪਿਆਂ ਨੇ ਤੇਰੀ ਸਿਧਰੀ ਭੈਣ ਜੀਤੋ ਨੂੰ ਕਿੱਕਰ ਨਾਲ ਵਿਆਹ ਦਿੱਤਾ ਹੈ ਅਤੇ ਕਿੱਕਰ ਨੇ ਬੱਚੇ ਵਾਪਸ ਲੈਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਹੈ। ਆਪਣੀ ਭੈਣ ਲਈ ਮੇਰਾ ਦਿਲ ਰੋ ਪਿਆ। ਮੇਰੀ ਭੈਣ ਮੇਰੀ ਜਗ੍ਹਾ ਬਲੀ ਦਾ ਬੱਕਰਾ ਬਣ ਗਈ ਸੀ। ਮਾਪਿਆਂ ਦੇ ਨਾਲ ਨਾਲ ਮੈਂ ਵੀ ਭੈਣ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਦੋਸ਼ੀ ਬਣ ਗਈ ਸਾਂ। ਮੈਂ ਬੱਚੇ ਲੈਣ ਲਈ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਈਲ ਅਪਰੂਵ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਕਦੀ ਕਦੀ ਮੈਂ ਉਦਾਸ ਹੋ ਜਾਂਦੀ ਤਾਂ ਮਾਤਾ ਜੀ ਮੇਰੇ ਕੋਲ ਬੈਠ
ਥਿਰ ਕਰ ਬੈਸੋ ਹਰਜਨ ਪਿਆਰੀ ਸ਼ਬਦ ਪੜ੍ਹਦੇ ਤਾਂ ਮਨ ਨੂੰ ਸਕੂਨ ਮਿਲਦਾ। ਪਹਿਲਾਂ ਮੈਂ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਸਾਂ, ਪਰ ਹੁਣ ਮੈਨੂੰ ਜਾਪਦਾ ਹੈ ਕਿ ਦੇਸ਼ ਵਿਦੇਸ਼ 'ਚ ਦਾਦੇ ਨੇ ਆਪ ਆ ਕੇ ਮਦਦ ਕੀਤੀ। ਸਾਲ ਤੋਂ ਉੱਪਰ ਸਮਾਂ ਬੀਤ ਗਿਆ ਸੀ, ਦਿਨ ਰਾਤ ਮਿਹਨਤ ਕਰਕੇ ਮੈਂ ਆਪਣੇ ਆਪ ਨੂੰ ਡਾਲਰ ਕਮਾਉਣ ਵਾਲੀ ਮਸ਼ੀਨ ਬਣਾ ਲਿਆ ਸੀ। ਹਰ ਹੀਲੇ ਵਸੀਲੇ ਮੈਂ ਦੋਵੇਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੀ ਸਾਂ, ਅਤੇ ਆਖਿਰ ਮੈਂ ਸਫਲ ਹੋ ਗਈ। ਮੈਂ ਪੈਸੇ ਭੈਣ ਜੀ ਦੇ ਅਕਾਊਂਟ 'ਚ ਪਾ ਦਿੱਤੇ ਅਤੇ ਉਹ ਵਿਜ਼ਟਰ ਵੀਜ਼ਾ ਲਗਾ ਕੇ ਮੇਰੇ ਬੱਚਿਆਂ ਕੋਲ ਆਏ। ਮੈਂ ਬੱਚਿਆਂ ਨੂੰ ਦੇਖ ਕੇ ਝੱਲੀ ਹੀ ਹੋ ਗਈ। ਪਲ ਪਲ ਬਾਅਦ ਉਹਨਾਂ ਨੂੰ ਚੁੰਮਦੀ, ਚੱਟਦੀ, ਵਾਰ ਵਾਰ ਭੈਣ ਜੀ ਦੇ ਚਰਨਾਂ ਦੀ ਧੂੜ ਲੈ ਮਸਤਕ ਨੂੰ ਲਾਉਂਦੀ। ਭੈਣ ਜੀ ਮੈਨੂੰ ਵਾਰ ਵਾਰ ਚੁੱਕ ਕੇ ਗੱਲ ਲਾਉਂਦੇ, ਤੂੰ ਸੈੱਟ ਹੋ ਗਈ ਏ ਕਮਲੀਏ, ਤੇਰੀ ਕਿਸਮਤ ਵਧੀਆ ਏ, ਤੈਨੂੰ ਵਿਦੇਸ਼ 'ਚ ਵੀ ਦਰਵੇਸ਼ ਰੂਪੀ ਮਾਂ ਮਿਲ ਗਈ ਏ, ਤੂੰ ਇਹਨਾਂ ਦਾ ਪੂਰਾ ਧਿਆਨ ਰੱਖੀ। ਇੱਕ ਅਧਿਆਪਕ ਦੇ ਤੌਰ 'ਤੇ ਇਹ ਵੀ ਕਹਿਣਾ ਚਾਹੁੰਦੀ ਹਾਂ, ਰੱਬ ਨੇ ਤੈਨੂੰ ਨਰਸਿੰਗ ਦਾ ਕਿੱਤਾ ਦਿੱਤਾ ਏ, ਇਸ ਲਈ ਮਰੀਜ਼ਾਂ ਦੀ ਸੇਵਾ ਰੱਜ ਕੇ ਕਰੀ। ਜੇ ਹੋ ਸਕੇ ਤਾਂ ਆਪਣੀ ਸਿਧਰੀ ਭੈਣ ਨੂੰ ਵੀ ਆਪਣੇ ਕੋਲ ਬੁਲਾ ਕੇ ਨਵਾਂ ਜੀਵਨ ਦੇਈ। ਕਿੱਕਰ ਨੇ ਸ਼ਰਾਬ ਦੀ ਹਵਸ ਲਈ ਆਪਣੀ ਸਾਰੀ ਜ਼ਮੀਨ ਗਿਰਵੀ ਰੱਖ ਦਿੱਤੀ। ਸ਼ਰਾਬ ਤਾਂ ਭਰੇ ਖੂਹ ਖਾਲੀ ਕਰ ਦਿੰਦੀ ਆ, ਨਸ਼ੇ ਦੇ ਲੋਰ 'ਚ ਅੰਗੂਠਾ ਲਾ ਉਸਨੇ ਆਪਣੀ ਸਾਰੀ ਜ਼ਮੀਨ ਗਵਾ ਲਈ। ਭੈਣ ਜੀ 3 ਮਹੀਨੇ ਮੇਰੇ ਕੋਲ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਵਾਪਸ ਚਲੇ ਗਏ। ਮੈਂ ਬੱਚਿਆਂ ਨੂੰ ਸਕੂਲ ਦਾਖਲ ਕਰਵਾ ਦਿੱਤਾ ਸੀ, ਇੱਥੇ ਕਿੰਨਾ ਵਧੀਆ ਸਿਸਟਮ ਸੀ, ਬੱਚਿਆਂ ਦੀ ਪੜ੍ਹਾਈ ਮੁਫਤ ਸੀ। ਮੈਂ ਮਨ 'ਚ ਸੰਕਲਪ ਲਿਆ ਕਿ ਮੈਂ ਆਪਣੇ ਬੱਚਿਆਂ ਨੂੰ ਬਹੁਤ ਪੜ੍ਹਾਵਾਂਗੀ ਅਤੇ ਵਧੀਆ ਜੀਵਨ ਦੇਵਾਂਗੀ। ਮਾਤਾ ਜੀ ਬੱਚਿਆਂ ਨਾਲ ਹੁਣ ਬਹੁਤ ਖੁਸ਼ ਰਹਿਣ ਲੱਗ ਪਏ, ਉਹਨਾਂ ਲਈ ਭਾਂਤ ਭਾਂਤ ਦੀਆਂ ਖਾਣ ਨੂੰ ਚੀਜ਼ਾਂ ਬਣਾਉਂਦੇ, ਪਰ ਗੱਲ ਗੱਲ 'ਤੇ ਆਪਣੇ ਧਰੁਵ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ। ਮੇਰਾ ਧਰੁਵ ਪਾਣੀ ਤੋਂ ਪਿਆਸਾ ਅਤੇ ਰੋਟੀ ਤੋਂ ਭੁੱਖਣ ਭਾਣਾ ਚਲਾ ਗਿਆ। ਧਰੁਵ ਨੂੰ ਜੋ ਖਾਣਾ ਪਹਿਨਣਾ ਪਸੰਦ ਸੀ ਉਹੋ ਜਿਹਾ ਬੱਚਿਆਂ ਨੂੰ ਖਵਾਉਂਦੇ ਅਤੇ ਪਹਿਨਾਉਂਦੇ, ਅਜਿਹਾ ਕਰਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ। ਸਮਾਂ ਖੰਭ ਲਾ ਕੇ ਉੱਡ ਰਿਹਾ ਸੀ, ਪਿਆਰ ਪਾ ਬੱਚੇ ਉਡਾਰੂ ਹੋ ਗਏ ਸਨ। ਇੱਕ ਦਿਨ ਮੈਂ ਮਾਤਾ ਜੀ ਕੋਲ ਬੈਠ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਮਾਤਾ ਜੀ, ਮੇਰਾ ਮਨ ਕਿਸੇ 'ਤੇ ਆ ਗਿਆ ਹੈ, ਮੈਂ ਉਸਨੂੰ ਦਿਲ 'ਚ ਵਸਾ ਲਿਆ ਹੈ। ਕੌਣ ਹੈ ਧੀਏ? ਬੀਜੀ, ਉਸਦਾ ਨਾਮ ਵਿਕਾਸ ਹੈ, ਉਹ ਮਰੀਜ਼ ਬਣ ਕੇ ਆਇਆ ਸੀ, ਪਰ ਉਸਨੇ ਮੈਨੂੰ ਦਿਲ ਦਾ ਮਰੀਜ਼ ਬਣਾ ਦਿੱਤਾ। ਤੁਹਾਨੂੰ ਦੱਸਣ 'ਤੇ ਮੈਨੂੰ ਸੰਗ ਆਉਂਦੀ ਹੈ, ਇਸ ਲਈ ਮੈਂ ਤੁਹਾਡੇ ਤੋਂ ਛੁਪਾ ਕੇ ਰੱਖਿਆ। ਕੀ ਕਰਦਾ ਵੇ? ਬੀਜੀ ਨੇ ਪੁੱਛਿਆ। ਅਜੇ ਤਾਂ ਉਹ ਕੁਛ ਨਹੀਂ ਕਰਦਾ, ਇੰਡੀਆ ਤੋਂ ਕੇਅਰ ਟੇਕਰ ਦੇ ਤੌਰ 'ਤੇ ਆਇਆ ਸੀ, ਫਿਰ ਉਸਨੇ ਇੱਕ ਬਿਮਾਰ ਮੇਮ ਨਾਲ ਸ਼ਾਦੀ ਕਰ ਲਈ, ਪਰ ਉਹ ਜ਼ਿਆਦਾ ਦੇਰ ਜਿਉਂਦੀ ਨਾ ਰਹਿ ਸਕੀ, ਉਸ ਨੂੰ ਕਨੇਡਾ ਦਾ ਬਛਿੰਦਾ ਬਣਾ ਕੇ ਆਪ ਮਰ ਗਈ। ਮੈਨੂੰ ਦੱਸਦਾ ਤਾਂ ਇਵੇਂ ਹੀ ਹੈ, ਪਰ ਧੀਏ ਜਿਹੜਾ ਕੁਝ ਨਹੀਂ ਕਰਦਾ ਉਹ ਵਿਹਲਾ ਬੈਠ ਕੇ ਖਾਏਗਾ, ਤੂੰ 2 ਬੱਚਿਆਂ ਨਾਲ ਉਸਨੂੰ ਵੀ ਪਾਲੇਂਗੀ, ਪਹਿਲੇ ਹੀ ਤੂੰ ਬੜੀ ਵੱਡੀ ਚੋਟ ਖਾਧੀ ਹੈ। ਪਰ ਇਸ਼ਕ ਅੰਨਾ ਨਹੀਂ ਬੋਲਾ ਵੀ ਹੁੰਦਾ ਹੈ, ਬੀਜੀ ਬੋਲ ਰਹੇ ਸਨ, ਮੈਂ ਆਪਣੇ ਆਪ 'ਚੋਂ ਹੀ ਗੁੰਮ ਸਾਂ, ਮੈਨੂੰ ਕੁਝ ਸੁਣ ਨਹੀਂ ਸੀ ਰਿਹਾ, ਚਾਹੇ 2 ਬੱਚਿਆਂ ਦੀ ਮਾਂ ਸਾਂ ਪਰ ਰੂਹ ਮੇਰੀ ਕੁਵਾਰੀ ਸੀ। ਮੇਰਾ ਮਨ ਜਜ਼ਬਾਤਾਂ ਦੇ ਗਗਨ 'ਚ ਉਡਾਰੀ ਮਾਰਨ ਲੱਗਾ, ਇਹੋ ਜਿਹੇ ਵਾਰ ਮੇਰੀ ਰੂਹ ਲੋਚਦੀ ਸੀ, ਉਹੋ ਜਿਹਾ ਸਾਹਮਣੇ ਦੇਖ ਮੇਰਾ ਦਿਲ ਉੱਡੂ ਉੱਡੂ ਕਰਨ ਲੱਗਾ। ਭਾਵੇਂ ਸਾਡੀਆਂ ਖੁਆਇਸ਼ਾਂ ਜ਼ਖਮੀ ਅਤੇ ਕਤਲ ਹੁੰਦੀਆਂ ਰਹਿੰਦੀਆਂ ਹਨ, ਪਰ ਫਿਰ ਵੀ ਅਸੀਂ ਆਪਣੀਆਂ ਖੁਆਇਸ਼ਾਂ ਦੀ ਪੂਰੀ ਹੋਣ ਦੀ ਉਮੀਦ ਰੱਖਦੇ ਹਾਂ। ਖਿਆਲਾਂ 'ਚੋਂ ਹੀ ਮੁਹੱਬਤ ਤਾਣਾ ਬਾਣਾ ਬੁਣਦੀ ਰਹਿੰਦੀ, ਮੇਰੀ ਹਰ ਧੜਕਣ ਉਸਦਾ ਨਾਂ ਲੈਣ ਲੱਗ ਗਈ। ਦਿਨੇ ਮੈਂ ਉਸਨੂੰ ਰੋਜ਼ ਮਿਲਦੀ, ਰਾਤੀ ਉਹ ਮੇਰੀਆਂ ਨੀਂਦਾਂ ਵਿੱਚ ਆ ਮਿਲਦਾ, ਉਸਦੀ ਖੁਸ਼ਬੂ ਮੇਰੀ ਨਸ ਨਸ 'ਚ ਵੱਸ ਗਈ। ਮੇਰੀ ਕੁਆਰੀ ਰੂਹ ਉਸ ਨਾਲ ਵਿਆਹੀ ਗਈ, ਮੈਂ ਬਿਨਾਂ ਕਿਸੇ ਸ਼ਰਤ ਸਮਾਜਿਕ ਪ੍ਰਵਾਨਗੀ ਤੋਂ ਮੁਹੱਬਤ ਹਾਜ਼ਰ ਨਾਜ਼ਰ ਜਾਣ ਉਸਨੂੰ ਆਪਾ ਸੌਂਪ ਦਿੱਤਾ। ਨਤੀਜਾ ਇਹ ਹੋਇਆ ਕਿ ਮੇਰੀ ਕੁੱਖ 'ਚ ਮੁਹੱਬਤ ਪਲਣ ਲੱਗ ਗਈ, ਮੈਨੂੰ ਮਾਂ ਵਾਂਗੂ ਕੱਚੀਆਂ ਅੰਬੀਆਂ ਦੀ ਖੁਸ਼ਬੂ ਚੰਗੀ ਲੱਗਣ ਲੱਗੀ। ਮੈਨੂੰ ਸੁਸਤ ਉਲਟੀਆਂ ਕਰਦਿਆਂ ਦੇਖ ਬੀਜੀ ਦਾ ਮੱਥਾ ਠਣਕਿਆ, ਕੁੜੀਏ ਧੀਏ ਆਹ ਤੂੰ ਕੀ ਕੀਤਾ? ਤੂੰ ਵਿਕਾਸ ਨੂੰ ਅੱਜ ਹੀ ਮੇਰੇ ਕੋਲ ਲੈ ਕੇ ਆ, ਜਲਦੀ ਤੁਸੀਂ ਦੋਵੇਂ ਕੋਰਟ ਮੈਰਿਜ ਕਰ ਲਵੋ, ਤੇਰੀਆਂ ਹੁਣ ਲਾਵਾਂ ਨਹੀਂ ਹੋ ਸਕਦੀਆਂ, ਕਿਉਂਕਿ ਜੇ ਤੇਰੇ ਪੇਟ 'ਚ ਕੁੜੀ ਹੋਈ ਤਾਂ ਉਸਦੀਆਂ ਲਾਵਾਂ ਵੀ ਪਿਓ ਨਾਲ ਹੋ ਜਾਣਗੀਆਂ, ਹੁਣੇ ਹੀ ਫੋਨ ਕਰਕੇ ਮੇਰੇ ਕੋਲ ਬੁਲਾ। ਬੀਜੀ ਮੈਂ ਕੱਲ੍ਹ ਤੁਹਾਨੂੰ ਮਿਲਾ ਦੇਵਾਂਗੀ। ਮੈਂ ਵਿਕਾਸ ਨੂੰ ਫੋਨ ਕੀਤਾ ਅਤੇ ਸ਼ਾਮ ਨੂੰ ਕੌਫੀ ਹਾਊਸ ਬੁਲਾਇਆ, ਜਦੋਂ ਉਹ ਮਿਲਿਆ ਤਾਂ ਮੈਂ ਕੌਫੀ ਪੀਂਦਿਆਂ ਉਸਨੂੰ ਗਰਭਵਤੀ ਹੋਣ ਦੀ ਖੁਸ਼ੀ ਸਾਂਝੀ ਕੀਤੀ। ਮੈਂ ਉਸਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਬੀਜੀ ਤੈਨੂੰ ਮਿਲਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਆਪਾਂ ਕੋਰਟ ਮੈਰਿਜ ਕਰ ਲਈਏ। ਵਿਕਾਸ ਦਾ ਰੰਗ ਪੀਲਾ ਪੈ ਗਿਆ, ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਮੈਨੂੰ ਕਿਹਾ, ਤੇਰਾ ਦਿਮਾਗ ਖਰਾਬ ਏ ਕਿ ਤੂੰ ਪਹਿਲਾਂ ਹੀ 2 ਬੱਚਿਆਂ ਦੀ ਮਾਂ ਏ, ਹੋਰ ਬੱਚਾ ਪੈਦਾ ਕਰਕੇ ਆਪਣੇ ਆਪ ਨੂੰ ਕਮਲਾ ਕਰਨਾ, ਸਿਆਣੀ ਬਣ ਅਤੇ ਸਵੇਰੇ ਸਫਾਈ ਕਰਵਾ ਦੇ। ਮੈਂ ਹੈਰਾਨ ਰਹਿ ਗਈ,
मैं उसके तरले मिन्नत की अते कहा, विकास ये साड़ी मुहब्बत का बीज है, इसनू किवें अपने हथी नष्ट करा। पर थिंदा कड़ा सी, उल्टा वह कहन लगा सी कि किवें कह देव कि मेरा बच्चा है, पता नहीं तू किस किस नाल सुती होनी आ। उसकी ये गल सुन मेरा सारा शरीर बर्फ हो गया सी, जुबान लक्कड़ दी हो गई सी। मैनू इहोजी हालत चो छड़ के वह चला गया सी। मैं घर लत्तां खड़ीसती पहुंची। बीजी मैनू देख के ही समझ गए सन कि मैं फ्रॉड का शिकार हो गई हाँ। मैनू कुछ कहन की बजाए वह मेरा सिर पलोसन लगे। मैं चीका मार के रोन लगी। मेरा रोना देख के बच्चे भी रोन लग गए। बीजी ने सानू सारिया नू वरचाया, फिर वह मेरे लिए चाह बना के लियाए। मैं बच्चों नू झोली च बिठा लिया। चाह पींदिया मैं रोंदिया सारी गल दसी। बीजी पहला मापिया की मन ली सी, हुण मैं मन दी कर ली। शायद मेरी किस्मत च पति का सुख है नहीं। बीजी मैं ये सोचती हाँ कि मर्द औरत नू हंडा वरत के जूठे पत्तल वांगू सुट दिंदा है। पर बीजी मैं इस बच्चे नू जन्म देवांगी, बाकी बच्चों नाल इसनू भी पालांगी, उन्होंने अपनी चंगियाइयां बुराइयां तो वाकफ करावांगी। इकल्ले ही ये जिंदगी दी लड़ाई लड़ांगी। बीजी हुण मैं रोवांगी नहीं, पर बीजी मैं इस बच्चे नू जन्म देवांगी। बीजी मेरी दृढ़ता देख के चुप रहे ते मेरा सिर गोद च रख पाठ करन लगे। पुगदे समय तो बाद मैं सुंदर बच्ची नू जन्म दिता। तां बीजी ने मैनू मेरा पुराने नाम नाल बुलाया, लै अंबो तेरी अंबी, अज तो मेरी अंबी मेरे वंश का अंश होगी, मेरे ध्रुव की बेटी छोटी अंबो। सो दस्यो कहानी थोनू किवें दी लगी। जे चंगी लगी तो लाइक शेयर करो, कमेंट च जरूर दस्यो। चैनल में सबसक्राइब अजे तक नहीं किया तो जरूर कर लवो। कहानी सुनने लई धन्यवाद।